ਵੀਰੇ ਅੱਜੂ ਕਿੱਥੇ ਨੇ? ਸਵੇਰ ਹੋ ਲੈਣ ਦੋ, ਮੈਂ ਤਾਂ ਚੌਂਕੀ ਜਾਊਂਗੀ। ਬਸ ਭੈਣ ਜੀ, ਬਹੁਤ ਸੁਣ ਲਈਆਂ ਤੁਹਾਡੀਆਂ। ਮੁੰਡੇ ਨੂੰ ਕਰਜਈ ਕਰਕੇ ਤਾਂ ਤੁਸੀਂ ਵਿਆਹਿਆ, ਤੇ ਫਿਰ ਤੁਸੀਂ ਇਧਰੋਂ ਪੈਸਾ ਖਾਣ ਦੀ ਸੋਚਦੇ ਪਏ ਸੀਗੇ। ਮੰਮੀ, ਇਹਦੇ ਵਿੱਚ ਦਮਨ ਦਾ ਨੰਬਰ ਹੈ। ਉਹਨੇ ਮੈਨੂੰ ਇਹ ਵੀ ਦੱਸਿਆ ਕਿ ਅੱਜੂ ਦੇ ਕੁਆਰੇ ਹੁੰਦਿਆਂ ਤੋਂ ਹੀ ਉਹਦੀ ਮੰਮੀ ਤੇ ਉਹਦੀ ਭੈਣ ਉਹਦੇ ਨਾਲ ਕੀ ਕੁਛ ਕਰਦੇ ਆ ਰਹੇ ਨੇ, ਉਹਨੂੰ ਸਭ ਕੁਛ ਪਤਾ। ਤੁਸੀਂ ਉਹਨੂੰ ਫੋਨ ਕਰ ਲਓ। ਹੈਲੋ ਦਮਨ ਪੁੱਤ, ਪੁੱਤ ਮੈਂ ਰੀਆ ਦੀ ਮੰਮੀ ਬੋਲਦੀ ਹਾਂ। ਹਾਂਜੀ ਆਂਟੀ, ਸਤਿ ਸ਼੍ਰੀ ਅਕਾਲ। ਰੀਆ ਭੈਣ ਕਿਵੇਂ ਆ? ਪੁੱਤ ਤੂੰ ਇਹ ਸਮਝ ਲੈ, ਰੀਆ ਤਾਂ ਹੁਣ ਜਿੰਦਾ ਲਾਸ਼ ਹੈ। ਦਮਨ ਬੇਟੇ, ਤੇਰੇ ਨਾਲ ਨਾ ਇੱਕ ਜ਼ਰੂਰੀ ਕੰਮ ਸੀਗਾ। ਹਾਂਜੀ ਹਾਂਜੀ ਆਂਟੀ, ਦੱਸੋ ਕੀ ਕੰਮ ਹੈ? ਬੇਟੇ ਤੈਨੂੰ ਅੱਜੂ ਦਾ ਤਾਂ ਪਤਾ ਲੱਗ ਹੀ ਗਿਆ ਹੁਣ। ਹਾਂਜੀ ਹਾਂਜੀ, ਪਤਾ ਤਾਂ ਲੱਗ ਹੀ ਗਿਆ, ਬਹੁਤ ਮਾੜਾ ਕੰਮ ਕੀਤਾ ਅੱਜੂ ਨੇ। ਉਹਦੀ ਨਾ ਮੰਮੀ ਸਾਡੀ ਪੁਲਿਸ ਦੇ ਵਿੱਚ ਕੰਪਲੇਂਟ ਕਰਵਾ ਰਹੀ ਹੈ। ਪੁੱਤ ਹੁਣ ਤੂੰ ਹੀ ਸਾਨੂੰ ਬਚਾ ਸਕਦਾ। ਮੈਂ ਆਂਟੀ ਕਿਵੇਂ ਬਚਾ ਸਕਦਾ? ਜੇ ਤੂੰ ਇਹ ਗਵਾਹੀ ਦੇ ਦੇਵੇਂ ਨਾ ਕਿ ਅੱਜੂ ਦੀ ਮਾਂ ਤੇ ਅੱਜੂ ਦੀ ਭੈਣ ਅੱਜੂ ਨੂੰ ਬਹੁਤ ਪਰੇਸ਼ਾਨ ਕਰਦੀਆਂ ਸੀ, ਤਾਂ ਹੀ ਅੱਜੂ ਨੇ ਇਹ ਸਟੈਪ ਚੱਕੇ ਆ। ਹਾਂਜੀ ਹਾਂਜੀ ਆਂਟੀ, ਕੋਈ ਗੱਲ ਨਹੀਂ, ਮੈਂ ਦੇ ਦੂੰਗਾ ਗਵਾਹੀ। ਕੋਈ ਨਹੀਂ ਦੇਣੀ ਗਵਾਹੀ ਕੋਈ। ਭੈਣ ਜੀ ਤੁਸੀਂ ਆਪਣਾ ਮਸਲਾ ਆਪੇ ਹੀ ਨਿਬੇੜੋ, ਮੇਰੇ ਮੁੰਡੇ ਨੂੰ ਨਾ ਵਿੱਚ ਘਸੀਟੋ। ਓਹੋ ਭੈਣ ਜੀ ਇੱਕ ਮਿੰਟ ਗੱਲ ਤਾਂ ਸੁਣ ਲਓ। ਹਾਂ ਕਿਹੜੇ ਚੱਕਰਾਂ 'ਚ ਫਸਿਆ ਤੂੰ? ਤੁਹਾਨੂੰ ਪਤਾ ਮੰਮੀ, ਜਿਹੜਾ ਉਹਨੇ ਸਟੈਪ ਚੱਕਿਆ ਆਪਣੀ ਮਾਂ ਤੇ ਭੈਣ ਕਰਕੇ ਹੀ ਚੱਕਿਆ। ਜਦ ਤੱਕ ਯਾਰੀ ਦੋਸਤੀ ਸੀ ਅੱਜੋਂ ਨਾਲ ਨਿਭਾ ਲਈ, ਹੁਣ ਜ਼ਿਆਦਾ ਉੱਤੇ ਚੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਮੰਮੀ ਅੱਜੂ ਮੇਰਾ ਬਚਪਨ ਦਾ ਦੋਸਤ ਸੀਗਾ, ਪਰ ਹੋਇਆ ਤਾਂ ਉਹਦੇ ਨਾਲ ਗਲਤ ਹੀ ਨਾ। ਜਦ ਉਹਦੀ ਮਾਂ ਭੈਣ ਨੂੰ ਸ਼ਰਮ ਨਹੀਂ ਕਿ ਆਪਣਾ ਮੁੰਡਾ ਆ ਮਰਵਾਤਾ, ਤੇ ਆਪਾਂ ਇਸ ਆਪੇ 'ਚ ਕਿਉਂ ਪਈਏ? ਹੁਣ ਮੈਨੂੰ ਫੋਨ ਆ ਰਿਹਾ ਤੇ ਮੈਂ ਕੀ ਕਰਾਂ? ਤੂੰ 4 ਦਿਨ ਉਰੇ ਪਰੇ ਹੋ ਜਾ ਤੇ ਨੰਬਰ ਇਹਨਾਂ ਦੇ ਵਲੌਗ 'ਚ ਪਾ ਦੇ। ਚਲੋ ਮੈਂ 4-5 ਦਿਨ ਮਾਮੇ ਘਰੇ ਲਾ ਆਉਣਾ, ਪਰ ਮੇਰਾ ਮਨ ਨਹੀਂ ਮੰਨਦਾ ਪਿਆ ਕਿ ਮੈਂ ਉਰਾ ਪਰਾ ਹੋ ਜਾ। ਕਈ ਵਾਰੀ ਬਹੁਤ ਹਾਲਾਤਾਂ ਦੇ ਮੁਤਾਬਿਕ ਚੱਲਣਾ ਪੈਂਦਾ ਹੈ। ਮਨ ਪਤਾ ਹੈ ਕਿ ਤੈਨੂੰ ਦੁੱਖ ਹੈ ਆਪਣੀ ਯਾਰੀ ਦੋਸਤੀ ਦਾ, ਮੈਂ ਵੀ ਤੁਹਾਨੂੰ ਕਿਸੇ ਕੇਸ 'ਚ ਫਸਣਾ ਨਹੀਂ ਦੇਖਣਾ ਚਾਹੁੰਦੀ। ਇਹਲੇ ਫੋਨ ਫੜ ਤੇ ਆਪਣਾ ਬੈਗ ਤਿਆਰ ਕਰ। ਭੈਣ ਜੀ ਦਮਨ ਤਾਂ ਨਾਲ ਖੜਨ ਨੂੰ ਤਿਆਰ ਸੀ, ਪਰ ਉਹਦੀ ਮਾਂ ਕਹਿੰਦੀ ਅਸੀਂ ਇਹ ਵਾਲੇ ਝਮੇਲਿਆਂ 'ਚ ਨਹੀਂ ਪੈਣਾ। ਭੈਣ ਜੀ ਆ ਜਿਹੜੀ ਮੁਸੀਬਤ ਪਈ ਹੋਈ ਹੈ ਨਾ, ਨਾਲ ਵੀ ਕੋਈ ਕੋਈ ਖੜਦਾ। ਪਰ ਮੰਮੀ ਆਪਾਂ ਤਾਂ ਬਿਲਕੁਲ ਸੱਚੇ ਆ, ਫਿਰ ਆਪਾਂ ਸੱਚੇ ਹੁੰਦੇ ਹੋਏ ਵੀ ਕਿਉਂ ਡਰਦੇ ਪਏ ਆ? ਪੁੱਤ ਤੂੰ ਨਾ ਇਹ ਕੰਮਾਂ ਦਾ ਬਹੁਤਾ ਬੋਝ ਨਾ ਲੈ, ਨਿਆਣਾ ਬੱਚਾ ਆਉਣ ਵਾਲਾ ਤੇ ਤੂੰ ਆਪਣਾ ਧਿਆਨ ਰੱਖ। ਭੈਣ ਜੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਆਪਾਂ ਕਿੱਦਾਂ ਕਰੀਏ, ਉੱਧਰ ਜਾਈਏ ਕਿ ਨਾ ਜਾਈਏ, ਮੈਨੂੰ ਕੋਈ ਸਲਾਹ ਤਾਂ ਦਵੋ ਤੁਸੀਂ। ਭੈਣ ਜੀ ਉੱਧਰ ਜਾਣ ਦਾ ਤੇ ਕੋਈ ਫਾਇਦਾ ਨਹੀਂ, ਕਿਉਂਕਿ ਉੱਧਰ ਜਾਵਾਂਗੇ ਤੇ ਹੋਰ ਕਲੇਸ਼ ਵਧੇਗਾ। ਇੱਕ ਰੀਆ ਨੂੰ ਲੈ ਗਏ ਤੇ ਉਹਨੂੰ ਦੇਖ ਕੇ ਮਾਵਾਂ ਧੀਆਂ ਨੇ ਹੋਰ ਭੜਕਣਾ। ਭੈਣ ਜੀ ਜੇ ਤੁਸੀਂ ਘਰੇ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਘਰੇ ਪ੍ਰੀਤ ਵੀ ਇਕੱਲੀ ਹੈ। ਜੇ ਮੈਨੂੰ ਕੋਈ ਲੋੜ ਹੋਊਗੀ ਤਾਂ ਮੈਂ ਤੁਹਾਨੂੰ ਫੋਨ ਕਰਕੇ ਦੁਬਾਰਾ ਸੱਦ ਲਊਂਗੀ। ਪ੍ਰੀਤ ਨਾ ਘਰੇ ਇਕੱਲੀ ਏ ਤੇ ਮੈਂ ਤਾਂ ਜਾ ਰਹੀ ਹਾਂ, ਨਹੀਂ ਤਾਂ ਮੇਰਾ ਜਾਣ ਦਾ ਮਨ ਨਹੀਂ ਹੈਗਾ, ਘਰ ਜਾ ਕੇ ਵੀ ਧਿਆਨ ਇੱਧਰ ਦਾ ਹੀ ਰਹਿਣਾ। ਭੈਣ ਜੀ ਤੁਸੀਂ ਘਰੇ ਚਲ ਜਾਓ, ਕਿਉਂਕਿ ਸਭ ਦੀਆਂ ਆਪਣੀਆਂ ਆਪਣੀਆਂ ਕਬੀਲਦਾਰੀਆਂ। ਮਾਸੀ ਜੀ ਪ੍ਰੀਤ ਜੀ ਨੂੰ ਦੱਸ ਦਿੱਤਾ ਹੋਇਆ, ਉਹ ਤਾਂ ਖੁਸ਼ ਹੀ ਹੁੰਦੇ ਹੋਣਗੇ। ਦੇਖ ਪੁੱਤ ਹਲੇ ਪ੍ਰੀਤ ਨੂੰ ਨਾ ਮੈਂ ਕੁਛ ਦੱਸਿਆ ਨਹੀਂ, ਤੇ ਜਦੋਂ ਇੱਕ ਭੈਣ ਦਾ ਘਰ ਉੱਜੜਦਾ ਨਾ ਤੇ ਦੂਜੀ ਭੈਣ ਖੁਸ਼ ਨਹੀਂ ਹੁੰਦੀ, ਚਾਹੇ ਆਪਸ 'ਚ ਜਿੰਨੀਆਂ ਮਰਜ਼ੀ ਨਾਰਾਜ਼ ਰਹਿਣ। ਭੈਣ ਜੀ ਤੁਸੀਂ ਰਾਜ ਨਾਲ ਨਾ ਗੱਲ ਕਰਕੇ ਪ੍ਰੀਤ ਨੂੰ ਹਿਸਾਬ ਜੇ ਨਾਲ ਦੱਸ ਦਿਓ, ਹੁਣ ਆਪਾਂ ਇੰਨੀ ਦੇਰ ਲੁਕੋ ਵੀ ਤਾਂ ਨਹੀਂ ਨਾ ਰੱਖ ਸਕਦੇ। ਚੱਲ ਚੰਗਾ ਭੈਣ ਜੀ ਮੈਂ ਚੱਲਦੀ ਹਾਂ, ਜੇ ਕੋਈ ਲੋੜ ਹੋਈ ਤਾਂ ਮੈਨੂੰ ਦੱਸਿਓ। ਚੰਗਾ ਪੁੱਤ ਆਪਣਾ ਖਿਆਲ ਰੱਖੀ।
ਬੀਬੀ ਜੀ ਰੀਆ ਨਾਲ ਤੇ ਬਹੁਤ ਮਾੜਾ ਹੋਇਆ। ਪੁੱਤ ਕੀ ਕਰੀਏ, ਮਹਾਰਾਜ ਦਾ ਭਾਣਾ ਮੰਨਣਾ ਪੈਂਦਾ ਹੈ। ਚੱਲ ਬੀਬੀ, ਕਿਸੇ ਚੀਜ਼ ਦੀ ਵੀ ਲੋੜ ਹੋਈ ਨਾ ਤੇ ਮੈਨੂੰ ਦੱਸ ਦਿਓ। ਰੀਆ, ਮੇਰੇ ਪੁੱਤ ਕਿੱਥੇ ਹੈ ਤੂੰ? ਚਲੋ ਮੰਮੀ, ਇੱਧਰ ਬੈਠੋ। ਰੀਆ, ਮੈਂ ਤੈਨੂੰ ਕਿਹਾ ਸੀ ਨਾ ਤੂੰ ਮੇਰੇ ਕੋਲ ਰਹਿ ਜਾ ਪੁੱਤ, ਨਾ ਕਿਰਾਏ ਤੇ ਜਾ। ਤੁਸੀਂ ਮੀਆਂ ਬੀਬੀ ਨੂੰ ਮੰਨਿਆ ਨੀ ਮੇਰੀ ਕਹਿ। ਨਾਨੀ, ਮੈਂ ਵੀ ਕੀ ਕਰਦੀ, ਤੁਹਾਨੂੰ ਪਤਾ ਤਾਂ ਹੈ ਉਹ ਅਣਖੀ ਸੀਗੇ ਪੂਰੇ। ਜਦ ਬੇਇੱਜ਼ਤੀ ਕਰਾ ਕੇ ਆਪਣੀ ਮਾਂ ਦੇ ਘਰ ਨਹੀਂ ਰਹਿ ਸਕੇ ਤੇ ਤੁਹਾਡੇ ਘਰ ਇਹਨਾਂ ਨੇ ਕਿੱਥੋਂ ਹੀ ਰਹਿ ਲੈਣਾ ਸੀ। ਖੂਹ ਵਿੱਚ ਪਵੇ ਇਹਦੀ ਅਣਖ, ਜਿਹੜੀ ਜਾਨ ਵੀ ਲੈ ਲਵੇ ਇਹਦੀ ਅਣਖ ਨਾਲ, ਉਹ ਨਾ ਬੰਦਾ ਬੇਇੱਜ਼ਤੀ ਕਰਾ ਲਵੇ ਉਹ ਚੰਗਾ ਹੈ। ਨਾਨੀ, ਤੁਸੀਂ ਛੱਡੋ ਇਹਨਾਂ ਗੱਲਾਂ ਨੂੰ, ਮੈਂ ਨਾ ਅੱਜ ਨੂੰ ਹੋਸਪਿਟਲ ਦੇਖਣ ਜਾਣਾ। ਤੁਸੀਂ ਦੱਸੋ, ਆਪਾਂ ਸਾਰੇ ਜਾਣੇ ਚੱਲੀਏ? ਹਜੇ ਤਾਂ ਪੁੱਤ ਪੋਸਟਮਾਰਟਮ ਲਈ ਲੈ ਕੇ ਗਏ ਹੋਏ ਆ, ਦੁਪਹਿਰ ਤੱਕ ਉਹਨਾਂ ਨੇ ਦੇਣਾ, ਫਿਰ ਆਪਾਂ ਦੇਖਦੇ ਹਾਂ ਕਿ ਆਪਾਂ ਚੱਲਣਾ ਕਿ ਨਹੀਂ ਚੱਲਣਾ। ਹਾਂ, ਜਾਣ ਦਾ ਤਾਂ ਸਵਾਲ ਹੀ ਨਹੀਂ ਬਣਦਾ, ਜਵਾਈ ਭਾਈ ਆਪਾਂ ਨੂੰ ਜਾਣਾ ਪੈਣਾ ਹੈ। ਮੰਮੀ, ਮੈਂ ਉੱਥੇ ਦਾ ਸਾਰਾ ਮਾਹੌਲ ਦੇਖਿਆ, ਉਹ ਤਾਂ ਆਪਾਂ ਨੂੰ ਅੰਦਰ ਕਰਵਾਉਣ ਨੂੰ ਫਿਰਦੇ ਹੈ, ਤਾਂ ਪ੍ਰੀਤ ਦੀ ਸਾਸੂ ਨੇ ਇਹ ਕਹਿ ਕੇ ਗਈ ਹੈ ਕਿ ਆਪਣਾ ਉੱਥੇ ਜਾਣਾ ਬਣਦਾ ਹੀ ਨਹੀਂ ਹੈਗਾ। ਇੱਕ ਵਾਰੀ ਆਪਾਂ ਫੋਨ ਕਰਕੇ ਪੁੱਛ ਲੈਂਦੇ ਹਾਂ, ਜੇ ਜਲਦੀ ਚਿੜਚਿੜ ਕਰਨਗੇ ਤਾਂ ਰਿਹਾ ਤੂੰ ਪੁੱਤ ਘਰੇ ਹੀ ਰਹਿ। ਨਾ ਨਾ ਨਾਨੀ, ਲੋਕੀ ਭਾਵੇਂ ਦੇਖਣਾ ਪਵੇ ਪਰ ਮੈਂ ਤਾਂ ਦੇਖੂੰਗੀ, ਇੱਦਾਂ ਥੋੜੀ ਨਾ ਸਰਨਾ, ਲਾਸਟ ਟਾਈਮ ਤਾਂ ਮੈਂ ਦੇਖਣਾ ਉਹਨਾਂ ਨੂੰ। ਮੰਮੀ, ਤੁਸੀਂ ਇੱਦਾਂ ਕਰੋ, ਪਵਨ ਨੂੰ ਫੋਨ ਕਰੋ, ਉਹ ਉੱਥੇ ਜਾ ਕੇ ਨਾ ਪਹਿਲੇ ਮਾਹੌਲ ਦੇਖ ਆਉਂਦਾ, ਫਿਰ ਆਊਗਾ ਤੇ ਆਪਾਂ ਸਲਾਹ ਕਰ ਲੈਂਦੇ ਹਾਂ। ਪੁੱਤ, ਤੂੰ ਰਹਿਣ ਦੇ ਪਵਨ ਨੂੰ, ਉਹ ਤਾਂ ਪਹਿਲਾਂ ਹੀ ਹੱਥ ਧੋਗੇ ਪਿੱਛੇ ਪਏ ਹੋਏ ਆ ਕਿ ਅਸੀਂ ਤੁਹਾਨੂੰ ਅੰਦਰ ਕਰਾ ਦੇਣਾ। ਉੱਥੇ ਹਜੇ ਉਹ ਕੁਆਰਾ, ਜੇ ਉਹਨੂੰ ਕੱਲ ਨੂੰ ਕੋਈ ਦਾਗ ਲੱਗ ਗਿਆ ਤਾਂ ਆਪਾਂ ਨੂੰ ਵਿਆਹਣਾ ਵੀ ਔਖਾ ਹੋ ਜਾਊਗਾ। ਨਾਨੀ, ਵੈਸੇ ਪਵਨ ਤੁਹਾਨੂੰ ਲੈਣ ਗਿਆ ਸੀਗਾ, ਤੁਸੀਂ ਤਾਂ ਆ ਗਏ ਹੋ, ਉਹ ਕਿੱਥੇ ਗਿਆ? ਪੁੱਤ ਦਾ ਸਾਰੇ ਰਾਹ ਰੋਂਦਾ ਆ, ਉਹ ਕਹਿੰਦਾ ਮੈਂ ਤਾਂ ਘਰੇ ਨਹੀਂ ਜਾਣਾ। ਉਹ ਕਹਿੰਦਾ ਮੈਂ ਜਦੋਂ ਘਰੇ ਜਾਂਦਾ ਨਾ, ਮੈਂ ਰੀਆ ਨੂੰ ਦੇਖਣਾ ਤੇ ਮੇਰੇ ਦਿਲ ਨੂੰ ਕੁਛ ਹੁੰਦਾ ਹੈ। ਆ ਜਾਂਦਾ ਪੁੱਤ, ਉਹਨੂੰ ਆਪਾਂ ਸਮਝਾ ਦਿੰਦੇ ਹਾਂ, ਤੂੰ ਸਵੇਰ ਤੋਂ ਕੁਛ ਨਹੀਂ ਖਾਧਾ, ਮੈਂ ਤੈਨੂੰ ਕੁਛ ਲਿਆ ਕੇ ਦਿੰਦੀ ਹਾਂ ਤੇ ਖਾ ਲੈ। ਨਾ ਨਾ ਮੰਮੀ, ਪਹਿਲੀ ਗੱਲ ਤਾਂ ਮੇਰਾ ਕੁਛ ਖਾਣ ਦਾ ਦਿਲ ਹੀ ਨਹੀਂ ਹੈਗਾ, ਨਾਲੇ ਅੱਜੂ ਨੂੰ ਦੇਖੇ ਬਿਨਾਂ ਮੇਰੇ ਅੰਦਰ ਕੁਛ ਨਹੀਂ ਲੰਘਣਾ। ਨਾ ਮੇਰੀ ਧੀ, ਜੇ ਤੇਰਾ ਦਿਲ ਨਹੀਂ ਕਰਦਾ ਕੁਛ ਖਾਣ ਨੂੰ ਤੇ ਜਿਹੜਾ ਰੱਬ ਦਾ ਜੀ ਪਲਦਾ ਪਿਆ ਉਹਨੂੰ ਤਾਂ ਖਵਾ ਕੁਛ। ਮੰਮੀ, ਜਿੱਦਾਂ ਉਹ ਮਾਵਾਂ ਧੀਆਂ ਸਾਡੇ ਮਗਰ ਪਈਆਂ ਹੈ ਨਾ, ਉਹਨਾਂ ਨੇ ਮੂੰਹ ਸਾਨੂੰ ਕੀ ਦੇਖਣ ਦੇਣਾ, ਉਹਨਾਂ ਨੇ ਤਾਂ ਸਾਨੂੰ ਉੱਥੇ ਖੜਨ ਵੀ ਨਹੀਂ ਦੇਣਾ। ਹੱਕ ਤਾਂ ਇਹਦਾ ਬਣਨਾ ਹੀ ਦੇਖਣ ਦਾ, ਜੋ ਉਹਨੂੰ ਦੇਖ ਲੈਂਦੀ ਤੇ ਇਹਨੂੰ ਸਬਰ ਆ ਜਾਂਦਾ। ਸਬਰ ਕਰ ਪੁੱਤ, ਸਾਡੇ ਉਧਰ ਨਾ ਜਾਣ ਦੇ ਵਿੱਚ ਕੋਈ ਭਲਾਈ ਹੋਵੇ। ਮੰਮੀ, ਆਹੀ ਗੱਲ ਤਾਂ ਇਹਨੂੰ ਮੈਂ ਸਮਝਾ ਰਹੀ ਹਾਂ ਕਿ ਤੂੰ ਆਪਣੇ ਨਾਂ ਸੀ, ਉਹ ਬੰਦੇ ਮੂੰਹ ਨੂੰ ਹੀ ਸਬਰ ਕਰ ਲੈ। ਜਾ ਪੁੱਤ, ਇਹਦੇ ਵਾਸਤੇ ਕੁਛ ਫਰੂਟ ਕੱਟ ਕੇ ਲਿਆ। ਨਾਨੀ, ਸਿਰ ਬਹੁਤ ਦੁਖਦਾ ਪਿਆ, ਤੁਹਾਡੀ ਝੋਲੀ ਚ ਸਿਰ ਰੱਖ ਕੇ ਪੈ ਜਾਵਾਂ? ਨਾਲ ਨਾ ਬਹੁਤ ਮਾੜਾ ਹੋਇਆ,
ਤੈਨੂੰ ਕੀ ਲੱਗਦਾ ਕਿਹਦਾ ਕਸੂਰ ਹੋਏਗਾ? ਕਸੂਰ ਤਾਂ ਮੰਮੀ ਜੀ ਪਤਾ ਨਹੀਂ ਕਿਹਦਾ ਵਾ ਕਿਹਦਾ ਨਹੀਂ ਹੈਗਾ, ਪਰ ਅੱਜੂ ਕੁਛ ਜ਼ਿਆਦਾ ਹੀ ਬੇਇੱਜ਼ਤੀ ਮੰਨ ਗਿਆ, ਇੱਦਾਂ ਨਹੀਂ ਸੀ ਉਹਨੂੰ ਕਰਨਾ ਚਾਹੀਦਾ। ਮੈਨੂੰ ਲੱਗਦਾ ਹੈ ਵੀ ਮੁੰਡੇ ਦੀ ਮਾਂ ਇਹਨਾਂ ਕੋਲੋਂ ਬਾਲੀ ਹੋਈ ਅੱਕੀ ਲੱਗਦੀ ਹੈ। ਤੂੰ ਦੇਖਿਆ ਨਹੀਂ ਚਾਰ ਰਿਸ਼ਤੇਦਾਰਾਂ 'ਚ ਵੀ ਬਹਿ ਕੇ ਬੰਦਾ ਉਹ ਗੱਲਾਂ ਨਹੀਂ ਕਰਦਾ ਜਿਹੜੀਆਂ ਉਹਦੀ ਮਾਂ ਨੇ ਸਾਰਿਆਂ ਵਿੱਚ ਕਹਿ ਦਿੱਤੀਆਂ। ਮੰਮੀ ਜਿਹਦੀ ਮਾਂ ਦਾ ਜਵਾਨ ਪੁੱਤ ਗਿਆ ਹੋਵੇ ਨਾ ਉਹ ਬੋਲਣ ਲੱਗੇ ਨਹੀਂ ਦੇਖਦੀ ਕੀ ਬੋਲਣਾ ਕੀ ਨਹੀਂ ਬੋਲਣਾ। ਮੈਨੂੰ ਤਾਂ ਹੁਣ ਸਮਝ ਨਹੀਂ ਲੱਗਦੀ ਵੀ ਕੌਣ ਸਹੀ ਹੈ ਅਤੇ ਕੌਣ ਗਲਤ ਹੈ। ਜਿਸ ਹਿਸਾਬ ਨਾਲ ਇਹਨਾਂ ਨੇ ਛੋਟੀ ਕੁੜੀ ਪਹਿਲੇ ਵੀ ਆਈ ਹੈ ਨਾ, ਕੋਈ ਚੱਕਰ ਤਾਂ ਜ਼ਰੂਰ ਹੈ। ਮੰਮੀ ਆਹ ਚੱਕਰ ਚੁੱਕਰ ਵਾਲੀਆਂ ਗੱਲਾਂ ਨਾ ਤੁਸੀਂ ਪ੍ਰੀਤ ਸਾਹਮਣੇ ਨਾ ਕਰਿਓ, ਉਹਨੇ ਕਹਿਣਾ ਮੇਰੇ ਘਰਦਿਆਂ ਨੂੰ ਮਾਰਾ ਕਹਿੰਦੇ। ਪੁੱਤ ਇਹ ਗੱਲਾਂ ਨਾ ਸੋਚਣੀਆਂ ਪੈਂਦੀਆਂ ਨੇ, ਕੱਲ੍ਹ ਨੂੰ ਕੋਈ ਸਾਡੇ ਉੱਤੇ ਨਾ ਚੱਕਰ ਪੈ ਜੇ। ਮੰਮੀ ਪ੍ਰੀਤ ਕੋਲੋਂ ਹੁਣ ਅਸੀਂ ਜ਼ਿਆਦਾ ਟਾਈਮ ਗੱਲ ਲੁਕਾ ਨਹੀਂ ਸਕਦੇ, ਮੈਨੂੰ ਲੱਗਦਾ ਉਹਨੂੰ ਦੱਸ ਦੇਣਾ ਚਾਹੀਦਾ। ਪੁੱਤ ਆਪਾਂ ਨੂੰ ਨਾ ਪ੍ਰੀਤ ਨੂੰ ਦੱਸ ਦਿੰਦੇ ਹਾਂ, ਬਹੁਤਾ ਟਾਈਮ ਗੱਲ ਲੁਕਾਵਾਂਗੇ ਨਾ ਅਤੇ ਫਿਰ ਆਪਾਂ ਹੀ ਬੁਰੇ ਵੱਜਾਂਗੇ। ਮੈਂ ਮਾਰਦੀ ਹਾਂ ਆਵਾਜ਼। ਹਾਂਜੀ ਅੰਮੀ ਤੁਸੀਂ ਆਪ ਹੀ ਪ੍ਰੀਤ ਨੂੰ ਆਵਾਜ਼ ਮਾਰ ਕੇ ਦੱਸ ਦਿਓ, ਜੇ ਕੋਈ ਗੱਲ ਹੋਈ ਤਾਂ ਤੁਸੀਂ ਆਪ ਹੀ ਸੰਭਾਲ ਲਿਓ। ਚੱਲ ਮੈਂ ਮਾਰਦੀ ਆਵਾਜ਼। ਪ੍ਰੀਤ ਪੁੱਤ ਥੱਲੇ ਆਏ, ਕੋਈ ਗੱਲ ਕਰਨੀ ਹੈ। ਪੁੱਤ ਤੇਰੇ ਨਾਲ ਨਾ ਮੈਂ ਇੱਕ ਜ਼ਰੂਰੀ ਗੱਲ ਕਰਨੀ ਸੀ। ਕਰ ਲਓ ਮੰਮੀ ਜਿਹੜੀ ਗੱਲ ਕਰਨੀ ਹੈ, ਗੱਲ ਤਾਂ ਮੈਂ ਵੀ ਤੁਹਾਡੇ ਨਾਲ ਕਰਨੀ ਹੈ। ਤੁਸੀਂ ਰਾਤ ਵੀ ਲੇਟ ਆਏ ਹੋ, ਅੱਜ ਸਵੇਰੇ ਵੀ ਤੁਸੀਂ 2 ਘੰਟੇ ਗਏ ਰਹੇ ਹੋ। ਮੰਮੀ ਉੱਧਰ ਤੁਸੀਂ ਕਹਿੰਦੇ ਹੋ ਤੂੰ ਮੇਰੀ ਨੂੰਹ ਨਹੀਂ ਮੇਰੀ ਧੀ ਆ, ਤੁਸੀਂ ਤਾਂ ਹੁਣੇ ਤੁਸੀਂ ਮੇਰੇ ਤੋਂ ਗੱਲਾਂ ਲੁਕਾਉਣ ਲੱਗ ਗਏ। ਲੈ ਪੁੱਤ ਤੂੰ ਤਾਂ ਉਵੇਂ ਹੀ ਗਲਤ ਸਮਝੀ ਜਾਂਦੀ ਹੈ। ਮੰਮੀ ਗਲਤ ਤਾਂ ਸਮਝਣਾ ਹੀ ਆ, ਕਿਤੇ ਕਿਸੇ ਬਾਬੇ ਕੋਲ ਜਾ ਕੇ ਟੂਣਾ ਟਾਣਾ ਤਾਂ ਨਹੀਂ ਕਰਾਉਂਦੇ ਪਏ? ਪ੍ਰੀਤ ਤੂੰ ਐਵੇਂ ਨਾ ਗਲਤ ਸੋਚੀ ਜਾ, ਗੱਲ ਹੀ ਏਦਾਂ ਦੀ ਹੈ ਕਿ ਤੈਨੂੰ ਦੱਸਣਾ ਵੀ ਚਾਹ ਰਹੇ ਹਾਂ ਲੇਕਿਨ ਦੱਸ ਨਹੀਂ ਪਾ ਰਹੇ। ਨਾ ਦੱਸੋ ਮੈਂ ਕਿਹੜਾ ਜ਼ੋਰ ਪਾਉਂਦੀ ਹਾਂ। ਸਹੀ ਗੱਲ ਹੈ ਮੰਮੀ ਜੀ, ਵੈਸੇ ਨੂੰਹਾਂ ਤੋਂ ਘਰ ਦਾ ਥੋੜ੍ਹਾ ਬਹੁਤਾ ਪਰਦਾ ਤਾਂ ਰੱਖਣਾ ਹੀ ਪੈਂਦਾ। ਨਾ ਪ੍ਰੀਤ ਤੁਸੀਂ ਗਲਤ ਨਾ ਸੋਚੋ, ਮੰਮੀ ਤੁਸੀਂ ਦੱਸ ਦਿਓ ਕੀ ਗੱਲ। ਹੱਦ ਹੈ, ਤੁਸੀਂ ਆਪਸ 'ਚ ਖਿਚੜੀ ਪਕਾਈ ਜਾਣ, ਨਾਲੇ ਤੁਹਾਡੇ ਦੋਨਾਂ ਦੇ ਚਿਹਰੇ ਵੀ ਉੱਡੇ ਹੋਏ ਆ। ਮੰਮੀ ਜੀ ਮੈਨੂੰ ਦੱਸੋ ਕੀ ਗੱਲ ਹੈ। ਬਹਿ ਮੇਰਾ ਪੁੱਤ, ਮੈਂ ਤੈਨੂੰ ਦੱਸਦੀ ਹਾਂ ਕੀ ਗੱਲ ਹੈ। ਮੰਮੀ ਜੀ ਜਿਸ ਹਿਸਾਬ ਨਾਲ ਤੁਸੀਂ ਪੜੋਸਦੇ ਪਏ ਹੋ ਨਾ, ਗੱਲ ਮੈਨੂੰ ਕੋਈ ਗੁੱਝੀ ਹੋਈ ਲੱਗਦੀ ਆ। ਪੁੱਤ ਤੇਰੀ ਭੈਣ ਰੀਆ ਨੀ? ਹਾਂ ਮੰਮੀ ਰੀਆ, ਕੀ ਹੋਇਆ ਉਹਨੂੰ? ਪੁੱਤ ਰੀਆ ਨੂੰ ਤਾਂ ਕੁਛ ਨਹੀਂ ਹੋਇਆ, ਜਿਹੜਾ ਉਹਦਾ ਘਰ ਵਾਲਾ ਅੱਜੂ ਹੈ ਨਾ ਹੁਣ ਉਹ ਨਹੀਂ ਰਿਹਾ। ਮੰਮੀ ਕਿੱਦਾਂ ਹੋਇਆ ਇਹ ਸਭ ਤੇ ਕਦੋਂ ਹੋਇਆ? ਪੁੱਤ ਐ ਨਾ ਕੱਲ ਰਾਤੀ ਭਾਣਾ ਵਰਤਿਆ ਤੇ ਅੱਜ ਸਵੇਰੇ ਵੀ 2 ਘੰਟੇ ਤੇਰੀ ਮੰਮੀ ਕੋਲ ਜਾ ਕੇ ਆਈ ਆ। ਮੰਮੀ ਰੀਆ ਦਾ ਕੀ ਬਣੂਗਾ, ਉਹ ਤਾਂ ਮਾਂ ਵੀ ਬਣਨ ਵਾਲੀ ਆ, ਪਰ ਅੱਜੂ ਨਾਲ ਇਹ ਸਭ ਕੁਛ ਕਿਵੇਂ? ਪੁੱਤ ਸੁਣਨ 'ਚ ਤਾਂ ਇਹੀ ਆਇਆ ਵੀ ਉਹਦੇ ਦਿਮਾਗ 'ਤੇ ਨਾ ਕੋਈ ਬੋਝ ਬੂਝ ਸੀ ਅਤੇ ਉਹਨੇ ਨਾ ਗੋਲੀਆਂ ਖਾ ਲਈਆਂ। ਮੰਮੀ ਕਰਜ਼ੇ ਦੀ ਟੈਨਸ਼ਨ ਤਾਂ ਸੀਗੀ ਉਹਨੂੰ, ਘਰੇ ਵੀ 2-3 ਵਾਰ ਮੰਗਣ ਵਾਲੇ ਆਏ ਸੀ, ਪਰ ਰਲ ਮਿਲ ਕੇ ਰਹਿ ਜਾਂਦਾ, ਗੋਲੀਆਂ ਖਾਣ ਦੀ ਕੀ ਲੋੜ ਪਈ ਸੀ ਉਹਨੂੰ? ਪ੍ਰੀਤ ਤਾਂ ਹੀ ਤਾਂ ਵਿਆਹ ਸਿੰਪਲ ਕਰਵਾਇਆ ਵਾ, ਜਿਹੜਾ ਪੈਸਾ ਆਪਣੇ ਵਿਆਹ 'ਤੇ ਲੱਗਣਾ ਸੀਗਾ ਉਹਦੇ ਨਾਲ ਅੱਜੂ ਦਾ ਕਰਜ਼ਾ ਲੱਤ ਜਾਣਾ ਸੀ। ਹਾਂਜੀ ਗਲਤੀ ਤਾਂ ਸਾਡੇ ਤੋਂ ਵੀ ਕਿਤੇ ਨਾ ਕਿਤੇ ਹੋਈ ਆ, ਜੇ ਮੰਮੀ ਉਹਨੂੰ ਪੈਸੇ ਦੇ ਦਿੰਦੇ ਉਹਦਾ ਕਰਜ਼ਾ ਲਾ ਦਿੰਦੇ ਤਾਂ ਅੱਜ ਆਹ ਦਿਨ ਨਾ ਦੇਖਣਾ ਪੈਂਦਾ। ਪੁੱਤ ਹੋਣੀ ਨੂੰ ਹੁਣ ਕੌਣ ਟਾਲ ਸਕਦਾ, ਮਾੜੀ ਕਿਸਮਤ ਤਾਂ ਰੀਆ ਦੀ, ਹੁਣ ਚਾਹ ਕੇ ਵੀ ਨਾ ਅੱਜੂ ਨੂੰ ਭੁੱਲ ਨਹੀਂ ਸਕਦੀ ਕਿਉਂਕਿ ਬੱਚਾ ਵੀ ਤੇ ਉਹਦਾ ਹੀ ਹੈ ਨਾ। ਮੰਮੀ ਮੈਨੂੰ ਤਾਂ ਨਾ ਰੀਆ ਤੋਂ ਬਾਅਦ ਉਹਦੇ ਬੱਚੇ 'ਤੇ ਤਰਸ ਜਿਹਾ ਆਈ ਜਾਂਦਾ, ਜਿਹੜਾ ਹਜੇ ਦੁਨੀਆ 'ਤੇ ਆਇਆ ਵੀ ਨਹੀਂ ਹੈਗਾ ਔਰ ਆਉਣ ਤੋਂ ਪਹਿਲਾਂ ਹੀ ਆਪਣੇ ਪਿਓ ਨੂੰ ਗਵਾ ਲਿਆ। ਪੁੱਤ ਗੱਲ ਤਾਂ ਇਹੀ ਹੈ, ਜੇ ਜਵਾਕ ਨਾ ਹੁੰਦਾ ਤੇ ਹੋਰ 1-2 ਸਾਲ ਨੂੰ ਉਹਦਾ ਕਿਤੇ ਵਿਆਹ ਕਰ ਦਿੰਦੇ, ਪਰ ਹੁਣ ਬੱਚੇ ਦਾ ਤਾਂ ਔਖਾ ਹੈ ਨਾ। ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਆਪਾਂ ਰੀਆ ਵੱਲ ਜਾਈਏ ਜਾਂ ਮੈਂ ਇਕੱਲਿਓ ਹੀ ਜਾਇਆ ਵਾਂ? ਪੁੱਤ ਜੇ ਤੂੰ 1-2 ਦਿਨ ਬਾਅਦ ਚਲੇ ਜਾਵੇ ਨਾ ਤਾਂ ਠੀਕ ਹੈ, ਉਹਦਾ ਰੋ ਰੋ ਕੇ ਨਾ ਬੁਰਾ ਹਾਲ ਹੋਇਆ ਪਿਆ ਅਤੇ ਉਹ ਦੁੱਖ ਭੁੱਲ ਵੀ ਨਹੀਂ ਸਕਦੀ।
ਨਹੀਂ ਮੰਮੀ ਮੈਂ ਤਾਂ ਅੱਜ ਹੀ ਜਾਣਾ। ਰੀਆ ਨੇ ਕਹਿਣਾ ਮੇਰੇ ਤੇ ਏਡਾ ਵੱਡਾ ਦੁੱਖ ਆ ਗਿਆ ਤੇ ਦੀਦੀ ਆ ਕੇ ਨਹੀਂ ਵੜੀ। ਮੈਨੂੰ ਨਾ ਫੋਨ ਆ ਰਿਹਾ, ਤੁਸੀਂ ਕਰੋ ਗੱਲਾਂ, ਇੱਕ ਮਿੰਟ ਮੈਂ ਸੁਣ ਕੇ ਆ ਰਿਹਾ। ਭੈਣ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ, ਅੱਜੂ ਦੀ ਸੱਸ ਦਾ ਨਾ ਫੋਨ ਆਈ ਜਾਂਦਾ ਦਮਨ ਨੂੰ। ਕਿਉਂ ਦਮਨ ਨੂੰ ਕਿ ਫੋਨ ਆਈ ਜਾਂਦਾ, ਦਮਨ ਦਾ ਕੀ ਰੋਲ ਹੈ ਵਿੱਚ? ਉਹ ਕਹਿੰਦੀ ਕਿ ਸਾਡੇ ਹੱਕ 'ਚ ਗਵਾਹੀ ਦਿਓ ਕਿ ਅੱਜੂ ਦੀ ਮਾਂ ਅਤੇ ਭੈਣ ਉਹਨੂੰ ਤੰਗ ਕਰਦੀਆਂ ਸੀ। ਉਹਨਾਂ ਨੂੰ ਸਾਡਾ ਤੰਗ ਕਰਨਾ ਤਾਂ ਨਜ਼ਰ ਆ ਗਿਆ, ਪਰ ਜਿਹੜਾ ਅੱਜੂ ਨੂੰ ਘਰ ਬੁਲਾ ਕੇ ਕਰਜ਼ਾ ਲਾ ਕੇ ਉਹਨੂੰ ਜਲੀਲ ਕੀਤਾ ਉਹ ਕੌਣ ਦੱਸੂਗਾ? ਮੰਮੀ ਵੈਸੇ ਅੱਜੂ ਨਾ ਡਰਪੋਕ ਹੀ ਨਿਕਲਿਆ, ਚਲੋ ਤੁਹਾਡੇ ਤੋਂ ਡਰਦਾ ਸੀ, ਮੇਰੇ ਨਾਲ ਤਾਂ ਢਿੱਡ ਫਰੋਲ ਹੀ ਸਕਦਾ ਸੀ। ਮੰਮੀ ਤਾਂ ਸਾਰੀ ਰਾਤ ਨੀਂਦ ਨਾ ਆਈ, ਕਿੰਨਾ ਹਸਮੁਖ ਮੁੰਡਾ ਸੀ, ਕੀ ਕਰ ਗਿਆ? ਕਿਤੇ ਨਾ ਕਿਤੇ ਜੇ ਮੇਰਾ ਮੁੰਡਾ ਗਿਆ ਨਾ ਤਾਂ ਕਸੂਰ ਮੇਰਾ ਵੀ ਹੈ, ਜਲਦੀ ਵਿਆਹ ਦੇ ਚੱਕਰਾਂ 'ਚ ਨਾ ਉਹ ਗਲਤ ਬੰਦਿਆਂ 'ਚ ਫਸ ਗਿਆ। ਹਾਂਜੀ ਜੇ ਉਹ ਕਿਰਾਏ 'ਤੇ ਗਿਆ ਤਾਂ ਤੁਸੀਂ ਵੀ ਤਾਂ ਜਾਣ ਨੂੰ ਦੇਰੀ ਕਰਤੀ। ਹਾਂਜੀ ਆਂਟੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਗਲਤੀ ਕਿਤੇ ਨਾ ਕਿਤੇ ਸਾਡੇ ਤੋਂ ਵੀ ਹੋਈ ਹੈ, ਜੇ ਮੇਰਾ ਭਰਾ ਨਹੀਂ ਇੱਧਰ ਆਉਂਦਾ ਸੀ ਮੈਂ ਹੀ ਜਾ ਕੇ ਉਹਦੇ ਨਾਲ ਦੁੱਖ ਸੁੱਖ ਪੁੱਛ ਲੈਂਦੀ। ਕੋਈ ਨਹੀਂ, ਪੁਲਿਸ ਵਾਲਿਆਂ ਨੂੰ ਨਾ ਸਾਰਿਆਂ ਦਾ ਨਾਂ ਦੱਸੂੰਗੀ। ਭੈਣ ਜੀ ਜੇ ਇੱਥੇ ਪੁੱਛਗਿੱਛ ਹੋਈ ਨਾ ਤਾਂ ਤੁਸੀਂ ਵੀ ਗਵਾਹੀ ਦੇਣੀ ਆ। ਜਿੰਨੇ ਮੇਰੇ ਤੋਂ ਪੁੱਛਣਾ ਜੋ ਮਰਜ਼ੀ ਪੁੱਛੇ, ਪਰ ਮੇਰੇ ਪੁੱਤ ਦਮਨ ਤੋਂ ਕੋਈ ਨਹੀਂ ਪੁੱਛ ਸਕਦਾ। ਆਂਟੀ ਜੀ ਆਹ ਮੁਸੀਬਤ ਵਿੱਚ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ, ਅਤੇ ਕਿਉਂ ਆਪਾਂ ਦਮਨ ਵੀਰੇ ਨੂੰ ਵਿੱਚ ਖੜੀ ਸੀ ਨਾ, ਕੁਵਾਰਾ ਹੈਗਾ ਵੀ ਐਵੇਂ ਕੋਈ ਬਦਨਾਮੀ ਦਾ ਦਾਗ ਲੱਗ ਜਾਏਗਾ। ਫਿਰ ਹੁਣ ਤੁਸੀਂ ਕੀ ਸੋਚਿਆ ਰੀਆ ਅਤੇ ਉਹਦੇ ਬੱਚੇ ਦਾ ਕੀ ਕਰਨਾ? ਆਂਟੀ ਜੀ ਆਜੂ ਵਾਲੇ ਮੁੱਦੇ ਤੋਂ ਜਿਹੜਾ ਵਿਹਲੇ ਜੇ ਹੋ ਜਾਈਏ ਫਿਰ ਉੱਧਰ ਬਾਰੇ ਸੋਚਾਂਗੇ, ਹਾਲੇ ਤਾਂ ਮੈਨੂੰ ਮੇਰੇ ਭਰਾ ਦੇ ਇਲਾਵਾ ਕੁਛ ਨਹੀਂ ਸੁਝਦਾ ਪਿਆ। ਚੱਲ ਜਸਮੀਨ ਆਪਾਂ ਫਿਰ ਹੋਸਪਿਟਲ ਵੀ ਜਾਣਾ। ਭੈਣ ਜੀ ਜੇ ਪਿੱਛੋਂ ਕੋਈ ਆ ਗਿਆ ਨਾ ਫਿਰ ਤੁਸੀਂ ਧਿਆਨ ਰੱਖਿਓ। ਦੇਖਿਆ ਆਪਣੇ ਮੁੰਡੇ ਦੀ ਗੱਲ ਆਈ ਹੈ ਤਾਂ ਕਿਵੇਂ ਭੱਜੀ ਆਈ ਹੈ, ਸਾਡੇ ਮੁੰਡੇ ਨੂੰ ਕਦੇ ਇਹਨੇ ਆ ਕੇ ਦੇਖਿਆ ਤੱਕ ਨਹੀਂ। ਮੰਮੀ ਆਹ ਦਮਨ ਨੇ ਅੱਗੇ ਤਾਂ ਕਦੇ ਯਾਰੀ ਦੋਸਤੀ ਦਿਖਾਈ ਨਹੀਂ ਮੇਰੇ ਭਰਾ ਨਾਲ, ਇੱਕਦਮ ਮੈਨੂੰ ਕਿੱਦਾਂ ਤਰਸ ਆਉਣ ਲੱਗ ਪਈ ਉਹਦੇ 'ਤੇ। ਕੀ ਪਤਾ ਪਿਛਲੀ ਗੱਲ ਕੀ ਹੈ, ਐਵੇਂ ਦਮਨ ਇਹਦੇ ਨਾਲ ਤੁਰਿਆ ਫਿਰਦਾ ਸੀ। ਮੰਮੀ ਤੁਹਾਨੂੰ ਸ਼ੱਕ ਨਹੀਂ ਪੈਂਦਾ ਪਿਆ ਕਿ ਦਮਨ ਆਪਦੇ ਫਾਇਦੇ ਨਾਲ ਇਹਨਾਂ ਨਾਲ ਤੁਰਦਾ ਪਿਆ? ਕੋਈ ਨਹੀਂ ਮੈਂ ਵੀ ਨਾ ਧੁਰ ਤੱਕ ਜਾਊਂਗੀ, ਜੇ ਇਹਦੇ ਮੁੰਡੇ ਦਾ ਕਸੂਰ ਹੋਇਆ ਨਾ ਮੇਰੇ ਮੁੰਡੇ ਨੂੰ ਮਾਰਨ 'ਚ ਤਾਂ ਫਿਰ ਮੈਂ ਭੜੀਸੂਗੀ ਇਹਨੂੰ। ਚਲੋ ਮੰਮੀ ਫਿਰ ਤੁਰੀਏ, ਬਾਕੀ ਆ ਕੇ ਦੇਖਦੇ ਹਾਂ। ਮੇਰੀ ਭੂਆ ਜੀ ਆਏ ਨਹੀਂ, ਮੈਂ ਇੱਥੇ ਆ ਕੇ ਬੈਠੀ ਹੋਈ ਹਾਂ ਕਮਲਿਆਂ ਵਾਂਗੂ। ਰਾਧਿਕਾ ਤੂੰ ਇੱਥੇ? ਭੂਆ ਜੀ ਸਤਿ ਸ਼੍ਰੀ ਅਕਾਲ, ਕਿੱਦਾਂ ਠੀਕ ਹੋ? ਮੈਂ ਅੱਧਾ ਘੰਟਾ ਹੋ ਗਿਆ ਤੁਹਾਡੀ ਵੇਟ ਕਰੀ ਜਾਂਦੀ ਹਾਂ। ਅੱਗੇ ਤਾਂ ਭੂਆ ਨੂੰ 6-6 ਮਹੀਨੇ ਨਹੀਂ ਸੀ ਯਾਦ ਕਰਦੀ, ਹੁਣ ਮਹੀਨੇ 'ਚ 2 ਵਾਰ ਆ ਗਈ, ਕੀ ਚੱਕਰ ਆ? ਉਹ ਨਹੀਂ ਨਹੀਂ ਭੂਆ ਜੀ ਇੱਦਾਂ ਤਾਂ ਕੋਈ ਚੱਕਰ ਨਹੀਂ, ਬਸ ਉਹ ਕੰਮ ਤੋਂ ਨਾ 2 ਕੁ ਛੁੱਟੀਆਂ ਮਿਲੀਆਂ ਸੀ, ਮੈਂ ਕਿਹਾ ਚੱਲ ਦੁਬਾਰਾ ਭੂਆ ਜੀ ਦੇ ਜਾ ਆਉਂਦੀ ਹਾਂ। ਚੱਲ ਠੀਕ ਆ, ਚੱਲ ਆ ਜਾ ਅੰਦਰ ਬੈਠੀ। ਸੁਣੋ ਤੁਸੀਂ ਕਿੱਥੇ ਗਏ ਸੀ, ਇੰਨੀ ਦੇਰ ਲਾ ਕੇ ਆ ਗਏ? ਅੱਧਾ ਘੰਟਾ ਹੋ ਗਿਆ ਮੈਂ ਤੁਹਾਡੀ ਵੇਟ ਹੀ ਕਰੀ ਜਾਂਦੀ ਪਈ ਸੀ। ਕੀ ਦੱਸਾਂ ਭੈਣੇ, ਗਵਾਂਢੀਆਂ ਦਾ ਵਿਆਹ ਨਹੀਂ ਸੀ ਗਏ ਥੋੜੇ ਦਿਨ ਪਹਿਲਾਂ? ਹਾਂਜੀ ਹਾਂਜੀ ਮੈਨੂੰ ਸਭ ਯਾਦ ਆ ਭੂਆ ਜੀ, ਕੀ ਹੋਇਆ ਸਭ ਰਾਜੀ ਖੁਸ਼ੀ ਆ? ਨਾ ਨਾ ਉਹ ਛੋਟੀ ਕੁੜੀ ਦਾ ਪ੍ਰਾਹੁਣਾ ਸੀ ਨਾ ਜਿਹੜਾ ਵਿਚਾਰਾ ਗੋਲੀਆਂ ਖਾ ਕੇ ਮਰ ਗਿਆ, ਇੱਕ ਵਾਰ ਤਾਂ ਨਾ ਸਾਰਾ ਘਰ ਖਿਲਰ ਗਿਆ। ਚੱਲ ਆ ਅੰਦਰ, ਬਾਕੀ ਗੱਲਾਂ ਆਪਾਂ ਚਾਹ ਪੀਂਦੇ ਪੀਂਦੇ ਕਰਦੇ ਆ। ਤੁਸੀਂ ਚਾਹ ਬਣਾਓ ਭੂਆ ਜੀ, ਮੈਂ ਹੁਣੇ ਆਈ 2 ਮਿੰਟ 'ਚ।
ਹੋਵੇ।